ਆਈਟੀ ਚੌਂਕ ਤੇ ਜਾਮ ਲਾਇਆ, ਕਿੱਥੇ ਕਿੱਥੇ ਲਾਇਆ, ਅਕਸਰ ਮੁੱਦਾ ਕੀ? ਸਾਡੀਆਂ ਜ਼ਮੀਨਾਂ ਖੋਹਣ ਲਈ, ਕਾਰਪੋਰੇਟ ਘਰਾਣੇ ਦੇ ਕਬਜ਼ੇ ਕਰਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ। ਸਾਡੇ ਕਿਸਾਨਾਂ ਤੋਂ ਧੱਕੇ ਨਾਲ ਜ਼ਮੀਨ ਖੋਹ ਕੇ ਆਪਦੇ ਚਹੇਤਿਆਂ ਨੂੰ ਦੇਣਾ ਚਾਹੁੰਦਾ। ਕਾਸ਼ਤਕਾਰਾਂ ਦੇ ਜਿਹੜੇ ਕਬਜ਼ੇ ਨੂੰ ਬਹਾਲ ਨਹੀਂ ਰੱਖਦੇ, ਉਹਨਾਂ 94 ਇੱਥੇ ਸਮੇਂ ਲਈ ਧਰਨੇ ਇਸ ਤਰ੍ਹਾਂ ਜਾਰੀ ਰਹਿਣਗੇ। ਸਮੁੱਚੀਆਂ ਸੜਕਾਂ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਜਾਮ ਕੀਤੀਆਂ ਨੇ। ਇਹ ਸਰਕਾਰ 'ਤੇ ਨਿਰਭਰ ਆ ਕਿ ਕਿੰਨਾ ਚਿਰ ਰੋਡ ਜਾਮ ਕਰਵਾਉਣੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ। ਪਿਛਲੇ ਦਿਨੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਐਲਾਨ ਕੀਤਾ ਗਿਆ ਸੀ ਕਿਹੜੀਆਂ ਬਾਰਡਰ ਦੇ ਆਸ ਪਾਸ ਜ਼ਮੀਨਾਂ ਸਰਕਾਰ ਕਿਸਾਨਾਂ ਤੋਂ ਖੋਹ ਕੇ ਆਪਣੇ ਚਹੇਤਿਆਂ ਨੂੰ ਦੇਣੀਆਂ ਚਾਹੁੰਦੀਆਂ, ਜਿਸ ਤੋਂ ਬਾਅਦ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਧਰਨੇ ਲਾਣਗੇ। ਜੇ ਬਠਿੰਡਾ ਦੇ ਆਈਟੀਆਈ ਚੌਂਕ ਦੀਆਂ ਤੁਹਾਨੂੰ ਤਸਵੀਰਾਂ ਦੇਖ ਰਹੇ ਹਾਂ, ਸਿੱਧੂਪੁਰ ਜਥੇਬੰਦੀ ਦੇ ਵੱਲੋਂ ਆਈਟੀਆਈ ਚੌਂਕ ਆ ਜਿਹੜਾ ਉਸ ਨੂੰ ਉੱਪਰੋਂ ਪੁਲ ਦੇ ਜਾਮ ਕਰ ਦਿੱਤਾ ਗਿਆ ਅਤੇ ਸਾਰਾ ਜਿਹੜਾ ਟ੍ਰੈਫਿਕ ਆ ਉਹ ਦੂਸਰੇ ਪਾਸੇ ਦੀ ਡਿਵਰਟ ਕੀਤਾ ਗਿਆ। ਨਾਲ ਨਾਲ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ, ਜਿਹੜੇ ਇੱਥੇ ਸਾਰਾ ਆਸੇ ਪਾਸੇ ਰਸਤਾ ਜਾਮ ਕਰ ਦਿੱਤਾ ਗਿਆ। ਅਤੇ ਕਿਸਾਨ ਯੂਨੀਅਨ ਦੇ ਆਗੂ ਨੇ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ ਆਖਰ ਮੁੱਦਾ ਕੀ ਆ। ਪਿਛਲੇ ਦਿਨੀ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ ਵੀ ਜਿਹੜੀ ਸਰਕਾਰ ਨਾਲ ਗੱਲਬਾਤ ਚੱਲ ਵੀ ਰਹੀ ਸੀ। ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਜੀ ਰੇਸ਼ਮ ਸਿੰਘ ਯਾਤਰੀ, ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੂਪੁਰਾ ਜ਼ਿਲ੍ਹਾ ਜਨ ਸਕੱਤਰ ਬਠਿੰਡਾ ਜੀ। ਕੀ ਮਾਮਲਾ ਜਿਹੜਾ ਅੱਜ ਤੁਸੀਂ ਆਈਟੀ ਚੌਂਕ 'ਤੇ ਜਾਮ ਲਾਇਆ, ਕਿੱਥੇ ਕਿੱਥੇ ਲਾਇਆ, ਅਕਸਰ ਮੁੱਦਾ ਕੀ? ਜਿਹੜਾ ਮਾਮਲਾ ਮੁੱਦਾ ਜੀ, ਇਹ ਲੰਮੇ ਸਮੇਂ ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਹਾਂ ਕਿ ਸਰਕਾਰ ਕੋਈ ਵੀ ਹੋ, ਸਾਡੀਆਂ ਜ਼ਮੀਨਾਂ ਖੋਹਣ ਲਈ, ਕਾਰਪੋਰੇਟ ਘਰਾਣੇ ਦੇ ਕਬਜ਼ੇ ਕਰਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ। ਜਿਵੇਂ ਕਿ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਜਿਹੜਾ ਅੱਜ ਦਾ ਮੈਟਰ ਆ ਮੁੱਦਾ, ਫਿਰੋਜ਼ਪੁਰ ਦੇ ਵਿੱਚ ਲੰਮੇ ਸਮੇਂ ਤੋਂ ਸਾਡੇ ਕਿਸਾਨ ਕਾਸ਼ਤ ਕਰਦੇ ਰਹੇ ਨੇ ਜ਼ਮੀਨਾਂ 'ਤੇ। ਉੱਥੋਂ ਸਰਕਾਰ ਦਾ ਕੋਈ ਵੀ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਆਮ ਸਰਕਾਰ ਹੋਵੇ, ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ MLA ਫਿਰੋਜ਼ਪੁਰ ਦਾ ਸਾਡੇ ਕਿਸਾਨਾਂ ਤੋਂ ਧੱਕੇ ਨਾਲ ਜ਼ਮੀਨ ਖੋਹ ਕੇ ਆਪਦੇ ਚਹੇਤਿਆਂ ਨੂੰ ਦੇਣਾ ਚਾਹੁੰਦਾ। ਉਹ ਤਾਂ ਧੱਕੇ ਨਾਲ 45 ਲਵਾਈ ਆ, ਠੇਕਾ ਸਿਸਟਮ ਦੀਆਂ ਗੱਲਾਂ ਕਰੀਆਂ ਨੇ ਕਿ ਆਹ ਰੇਟ 'ਤੇ ਠੇਕੇ 'ਤੇ ਅਗਲੇ ਸੀਜ਼ਨ 'ਚ ਦਿੱਤੀ ਜਾਓ, ਜਿਹਦਾ ਮੇਨ ਮੁੱਦਾ ਸੀ ਲਗਭਗ 2 ਸਾਲਾਂ ਤੋਂ DC ਫਿਰੋਜ਼ਪੁਰ ਅਤੇ ਪੰਜਾਬ ਸਰਕਾਰ ਖੇਤੀਬਾੜੀ ਮੰਤਰੀਆਂ ਨੂੰ ਚਿੱਠੀਆਂ ਪੱਤਰ ਮੇਲ ਮਿਲਾਪ ਮੀਟਿੰਗਾਂ 'ਚ ਸਾਰੀ ਗੱਲ ਰੱਖੀ ਵੀ ਹੈ, ਜਿਹੜੀਆਂ ਕਾਸ਼ਤਕਾਰ ਨੇ ਲੰਮੇ ਸਮੇਂ ਤੋਂ ਸਾਡੇ ਕਿਸਾਨ, ਉਹਨਾਂ ਦਾ ਕਬਜ਼ਾ ਬਹਾਲ ਰੱਖਿਆ ਜਾਵੇ। ਸਰਕਾਰ ਨੇ ਮੰਨਿਆ ਕਿ ਛੇੜਛਾੜ ਕਿਤੇ ਵੀ ਕੀਤੀ ਨਹੀਂ ਜਾਊਗੀ, ਕਬਜ਼ਾ ਹੋਵੇ ਜੇਕਰ ਜਿਹੜੇ ਕਿਸਾਨ ਲੰਮੇ ਸਮੇਂ ਤੋਂ ਕਾਸ਼ਤਕਾਰ ਉਹਨਾਂ ਦਾ ਬਹਾਲ ਰੱਖਿਆ ਜਾਊ। ਆਉਣ ਵਾਲੇ ਦਿਨਾਂ 'ਚ ਉੱਥੋਂ ਦੇ MLA ਨੇ ਧੱਕੇ ਨਾਲ 45 ਲਵਾਉਣੀ, ਠੇਕਾ ਸਿਸਟਮ ਲਾਗੂ ਕਰਨਾ, ਤਾਂ ਉੱਥੋਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਮਰਨ ਮਰ ਸ਼ੁਰੂ ਕੀਤਾ। ਲਗਭਗ 22-23 ਦਿਨ ਮਰਨ ਮਰ ਚੱਲਿਆ। ਉਹ 2 ਕਿਸਾਨਾਂ ਨੂੰ ਚੱਕ ਕੇ ਹੋਸਪਿਟਲ ਫਰੀਦਕੋਟ ਦਾਖਲ ਕਰਵਾਉਣਾ, ਉੱਥੋਂ ਰੈਫਰ AME ਦੇ ਵਿੱਚ ਲਿਆਉਣਾ, ਜਿਹਦਾ ਇੱਕ ਕਿਸਾਨ ਦਾਰਾ ਸਿੰਘ AME ਦੇ ਵਿੱਚ ਦਾਖਲ ਆ, ਜਿਹਦੀ ਹਾਲਤ ਬਹੁਤ ਨਾਜ਼ੁਕ ਆ। ਸੋ ਇਸ ਮਸਲੇ ਨੂੰ ਹੱਲ ਕਰਵਾਉਣ ਲਈ, 45 ਤੁਰਾਉਣ ਲਈ, ਸਾਡੇ ਕਿਸਾਨਾਂ ਦਾ ਕਬਜ਼ਾ ਉਸੇ ਤਰ੍ਹਾਂ ਬਹਾਲ ਰੱਖਣ ਲਈ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੀਆਂ ਸੜਕਾਂ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਜਾਮ ਕੀਤੀਆਂ ਨੇ। ਜਿੰਨਾ ਚਿਰ ਸਰਕਾਰ ਚਾਹੇ ਸਾਡੇ ਮਸਲੇ ਦਾ ਹੱਲ 2 ਘੰਟਿਆਂ ਨੂੰ ਕਰਦੇ, 4 ਨੂੰ ਕਰਦੇ, ਇਹ ਸਰਕਾਰ 'ਤੇ ਨਿਰਭਰ ਆ ਕਿ ਕਿੰਨਾ ਚਿਰ ਰੋਡ ਜਾਮ ਕਰਵਾਉਣੇ ਨੇ। ਜਿੰਨਾ ਚਿਰ ਸਾਡੇ ਮਸਲੇ ਦਾ ਹੱਲ ਨਹੀਂ ਕਰਦੀ, ਉਨਾ ਚਿਰ ਜਿੰਨੇ ਵੀ ਸਾਡੇ ਜਾਮ ਲੱਗੇ ਨੇ, ਜਿਵੇਂ ਬਠਿੰਡੇ ਦੇ ਵਿੱਚ ITI ਚੌਂਕ, ਰਾਮਪੁਰਾ ਮੌੜ ਚੌਂਕ ਅਤੇ ਹੋਰ ਦੂਜੇ ਜਿਨ੍ਹਾਂ 'ਚ 2-2, 4-4 ਜਾਮ ਲੱਗੇ ਨੇ, ਜਿੰਨਾ ਚਿਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ, 45 ਤੋੜ ਕੇ ਕਾਸ਼ਤਕਾਰਾਂ ਦੇ ਜਿਹੜੇ ਕਬਜ਼ੇ ਨੂੰ ਬਹਾਲ ਨਹੀਂ ਰੱਖਦੇ, ਉਹਨਾਂ 'ਚ 94 ਇੱਥੇ ਸਮੇਂ ਲਈ ਧਰਨੇ ਇਸ ਤਰ੍ਹਾਂ ਜਾਰੀ ਰਹਿਣਗੇ।
ਕਾਨੂੰਨੀ ਪੱਖ ਤੋਂ ਕਿਵੇਂ ਦੇਖਦੇ ਹੋ ਵੀ ਜਿਵੇਂ ਲੰਬੇ ਸਮੇਂ ਤੋਂ ਤੁਸੀਂ ਦੱਸਿਆ ਵੀ ਕਿਸਾਨ ਬਾਹਰ ਰਹੇ ਆ ਪਰ ਜ਼ਮੀਨਾਂ ਉਹਨਾਂ ਦੇ ਨਾਮ ਨਹੀਂ ਕੀਤੀਆਂ, ਇੰਤਕਾਲ ਹੋਣੇ ਚਾਹੀਦੇ, ਜਿਹੜਾ ਗੌਰਮੈਂਟ ਦਾ ਪ੍ਰੋਸੈਸ ਹੈ, ਕੀ ਕਮੀ ਕੀ ਕਾਰਨ ਮੰਨਦੇ ਹੋ ਵੀ ਇੰਨੀ ਦੇਰ ਆਜ਼ਾਦੀ ਹੋ ਗਈ, ਇੰਨੇ ਸਾਲ ਹੋ ਗਏ ਸਰਕਾਰ ਨੇ ਉਹਨਾਂ ਨੂੰ ਨਾਮ ਕਿਉਂ ਨਹੀਂ ਕੀਤਾ ਜ਼ਮੀਨ? ਦੇਖੋ ਜੀ, ਇਹ ਬਹੁਤ ਵਾਰੀ ਮੀਟਿੰਗਾਂ 'ਚ ਕਾਂਗਰਸ ਸਰਕਾਰ ਹੋਵੇ, ਅਕਾਲੀ ਸਰਕਾਰ, ਜਿਵੇਂ ਜਿਵੇਂ ਮੁੱਦਾ ਉੱਠਦਾ, ਹੁਣ ਮਾਨ ਸਰਕਾਰ ਨਾਲ ਵੀ ਮੁੱਖ ਮੰਤਰੀ ਸਾਹਿਬ ਨਾਲ ਦੋ ਵਾਰੀ ਇਸ ਵਿਸ਼ੇ 'ਤੇ ਮੀਟਿੰਗਾਂ ਹੋਣ ਵੀ ਲੰਮੇ ਸਮੇਂ ਤੋਂ ਜਿਹੜੇ ਕਿਸਾਨ ਦਾ ਜ਼ਮੀਨ 'ਤੇ ਕਬਜ਼ਾ, ਸਾਡੀ ਵੰਡ ਵੇਲੇ ਕਿਸੇ ਸਾਡੇ ਮੁਸਲਮਾਨ ਭਾਈਚਾਰੇ ਦੀ ਇੱਥੇ ਰਹੇਗੀ, ਕਿਸੇ ਹੋਰ ਦੀ ਰਹੇਗੀ, ਤਾਂ ਉਹ ਕਿਸੇ ਨੇ ਗਹਿਣੇ ਵੱਟੇ ਕਰ ਲਈ ਥੋੜ੍ਹੇ ਪੈਸਿਆਂ 'ਚੋਂ, ਭਾਵਾਂ ਉਹਨਾਂ ਦੀਆਂ ਕਿਸੇ ਦੀਆਂ ਇੰਤਕਾਲ ਹੋ ਗਏ ਕਿਸੇ ਦੇ ਨਹੀਂ, ਉਹ ਲੰਮੇ ਸਮੇਂ ਤੋਂ 50-60 ਸਾਲਾਂ ਤੋਂ ਕਿਸਾਨ ਕਾਸ਼ਤ ਕਰਦੇ ਰਹਿਣ, ਕਬਜ਼ੇ ਕਰੇ ਹੋ, ਇਹ ਵੱਡੀ ਪੱਧਰ 'ਤੇ ਨੇ ਪੰਜਾਬ ਦੇ ਵਿੱਚ। ਛੇੜਛਾੜ ਉੱਥੇ ਹੁੰਦੇ ਜਿੱਥੇ ਸਰਕਾਰ ਦੇ ਨੁਮਾਇੰਦੇ ਬੈਠੇ ਨੇ, ਨੁਮਾਇੰਦੇ ਆਪਦੇ ਚਹੇਤਿਆਂ ਨੂੰ ਖੋਹ ਕੇ ਜ਼ਮੀਨ ਕਿਸਾਨ ਹੁੰਦੇ, ਜਿਵੇਂ ਫਿਰੋਜ਼ਪੁਰ ਦਾ ਮਾਸਲ, ਲਗਭਗ ਕਾਸ਼ਤਕਾਰ ਕਾਨੂੰਨੀ ਦਾਇਰੇ ਦੇ ਵਿੱਚ ਵੀ ਕਾਨੂੰਨੀ ਦਾਇਰੇ ਅਨੁਸਾਰ ਲੈ ਸਕਦੇ ਨੇ, ਧੱਕੇ ਨਾਲ ਕਿਉਂ ਲੈਂਦੇ ਨੇ? ਇਹ ਸਰਕਾਰਾਂ ਇਸੇ ਤਰ੍ਹਾਂ ਸਾਡੀ ਜ਼ਮੀਨਾਂ 'ਤੇ ਅੱਖ ਰੱਖੀ ਹੋਈ ਆ, ਉਹ ਕਾਰਪੋਰੇਟ ਹੋਣ, ਉਹ ਆਪਦੇ ਚਹੇਤੇ ਹੋਣ, ਸਾਰੀ ਜ਼ਮੀਨ ਖੋਹ ਕੇ ਆਪਦੇ ਹਵਾਲੇ ਕਰਨਾ ਚਾਹੁੰਦੇ ਨੇ, ਜਿਹੜਾ ਕਿ ਸਾਡਾ ਜ਼ੋਰ ਲੱਗਿਆ, ਸਾਡੀ ਜ਼ਮੀਨ ਆ, ਜੱਦੀ ਪੁਸਤੀ ਸਾਡੇ ਦਾਦੇ ਪੜਦਾਦਿਆਂ ਦੀ, ਸਾਡੀ ਕੋਈ ਇੱਕ ਰੋਟੀ ਦਾ ਸਾਧਨ ਜ਼ਮੀਨ ਹੀ ਆ, ਜਿਹੜਾ ਕਿ ਤੇ ਅਸੀਂ ਕਾਸ਼ਤ ਕਰਨ ਲੰਮੇ ਸਮੇਂ, ਉਹ ਕਿਸੇ ਵੀ ਕੀਮਤ 'ਤੇ ਜਿਹੜੀ ਸਾਡੀ ਆ ਨਹੀਂ ਛੱਡਾਂਗੇ, ਭਾਵੇਂ ਜਿੰਨੇ ਮਰਜ਼ੀ ਹੱਥ ਕੰਡੇ ਸਰਕਾਰ ਵਰਤ ਲਏ ਅਤੇ ਵਰਤੇ ਜਾ ਰਹੀ ਹੈ। ਪੰਚਾਇਤੀ ਚੋਣਾਂ ਸਿਰ 'ਤੇ ਨੇ, ਕਿਸਾਨ ਉਸ ਦਾ ਵਿਰੋਧ ਕਰ ਰਹੇ ਆ, ਤੁਸੀਂ ਕਿਵੇਂ ਦੇਖਦੇ ਹੋ ਵੀ ਇਸ ਚੋਣਾਂ ਵਿੱਚ ਰਿਜ਼ਲਟ ਕਿਸ ਤਰ੍ਹਾਂ ਦੇ ਹੋਣਗੇ, ਜਿਸ ਤਰ੍ਹਾਂ ਸਰਕਾਰ ਦਾ ਰਵੱਈਆ ਵਾ ਕਿਸਾਨਾਂ ਪ੍ਰਤੀ, ਜਿਵੇਂ ਲਗਾਤਾਰ ਰੋਸ ਪ੍ਰਦਰਸ਼ਨ ਦਾ ਧਰਨੇ, ਨਾਅਰੇਬਾਜ਼ੀ ਵੀ ਹੁੰਦੀ ਆ, ਦੂਸਰੇ ਪਾਸੇ ਚੋਣਾਂ ਬਿਲਕੁਲ ਸਿਰ 'ਤੇ ਨੇ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਦੇਖੋ, ਸਰਕਾਰ ਦੇ ਹੱਥ ਕੰਡੇ ਹੁੰਦੇ ਨੇ ਜਿਹੜੀਆਂ ਹੁਣ ਚੋਣਾਂ ਨੇ, ਪੰਚਾਇਤੀ, ਇਹ ਵੀ ਇੱਕ ਹੱਥ ਕੰਡਾ ਵਰਤ ਕੇ ਸਾਨੂੰ ਸਾਡੇ ਭਾਈਚਾਰੇ ਨੂੰ ਪਿੰਡਾਂ ਦੇ ਵਿੱਚ ਖਰਾਬ ਕੀਤਾ ਜਾ ਰਿਹਾ, ਕਿਉਂਕਿ ਸਾਰੀਆਂ ਸਰਕਾਰਾਂ ਕਰਦੀਆਂ ਆ ਰਹੇ ਨੇ, ਨਵੀਂ ਸਰਕਾਰ ਤੋਂ ਕੋਈ ਸਾਫ ਸੀ ਵੀ ਕੁਛ ਨਾ ਕੁਛ ਮਾਨ ਸਰਕਾਰ ਇਮਾਨਦਾਰੀ ਨਾਲ ਕੰਮ ਕਰੂ, ਕਾਨੂੰਨਾਂ ਮੁਤਾਬਕ ਕੰਮ ਕਰੂਗੀ। ਕਿਸਾਨਾਂ ਦਾ ਮੁੱਖ ਮੰਤਰੀ ਹੋਣ ਦੇ ਨਾਂ 'ਤੇ ਕਿਸਾਨਾਂ ਨੂੰ ਕੁਛ ਉਮੀਦ ਸੀ, ਕਿੰਨਾ ਕਿਸਾਨਾਂ ਨੇ ਬਣਾਇਆ, ਪਰ ਇਹ ਵੀ ਉਹਨਾਂ ਤੋਂ ਕਈ ਗੁਣਾ ਟੱਪ ਕੇ ਹੱਦ ਬੰਨੇ ਉਹ ਕਾਰਪੋਰੇਟ ਘਰਾਣੇ ਦੇ ਪੱਖ ਦੇ ਵਿੱਚ ਖੜ੍ਹਾ, ਜਿਹੜੀਆਂ ਚੋਣਾਂ ਨਾਲ 'ਚ ਸਾਨੂੰ ਲੱਗਦਾ ਨਹੀਂ ਹੋਇਆ ਅਤੇ ਹੋਣਾਗਾ, ਆਪਦੇ ਚਹੇਤਿਆਂ ਨੂੰ ਧੱਕੇ ਨੇ ਇਹਨਾਂ ਨੇ 35-37 ਦੇਣੀ ਆ, ਪਿੰਡਾਂ ਦੇ ਵਿੱਚ ਵੱਡੀਆਂ ਲੜਾਈਆਂ ਕਰਵਾਉਣੀਆਂ ਨੇ, ਸਾਡਾ ਭਾਈਚਾਰੀ ਜਿਹੜੀ ਸਾਂਝ ਉਹ ਖਤਮ ਕਰਨੀ ਆ, ਇਹ ਸਿਸਟਮ ਆ ਜਿਹੜਾ ਗੰਧਲਾ ਸਿਸਟਮ ਮਾੜਾ, ਅੱਗੇ ਹੁੰਦਾ ਸੀ ਸਾਡੇ ਭਾਈਚਾਰੇ ਦੇ ਵਿੱਚ ਆਪ 'ਚ ਬਹਿ ਕੇ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਸੀ, ਪਰ ਇਹ ਨਾ ਸਰਬਸੰਮਤੀ ਨਾਲ ਚੁਣ ਦਿੰਦੇ ਨੇ, ਭਾਵੇਂ ਕਹਿ ਰਹੇ ਨਾ ਕਿ ਜਿੱਥੇ ਸਰਬਸੰਮਤੀ ਹੋ ਜੂ ਅਸੀਂ ਇੰਨੇ ਪੈਸੇ ਦੇਵਾਂਗੇ, ਉਹ ਬਾਅਦ ਦੀਆਂ ਗੱਲਾਂ ਨਾ, ਪਰ ਇੱਥੇ ਧੱਕੇ ਨਾ ਹਰ ਇੱਕ ਕੋਈ ਵੀ ਸਰਕਾਰ ਆ ਜੇ ਇਲੈਕਸ਼ਨ ਆ ਜਿਹੜਾ ਉਹ ਧੱਕੇ ਨਾਲ ਜਿੱਤਣਾ ਚਾਹੁੰਦੇ ਆ। ਹੁਣ ਵੀ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਸਰਪੰਚਾਂ ਦੀਆਂ, ਜ਼ੋਰ ਲੱਗਿਆ ਹੋਇਆ ਮਾਨ ਸਰਕਾਰ ਦਾ, ਸਾਡਾ ਸਰਪੰਚ ਫਲਾਣੇ ਥਾਂ ਵੀ ਜਿੱਤੂ, ਸਾਡਾ ਸਰਪੰਚ ਫਲਾਣੇ ਥਾਂ ਵੀ ਜਿੱਤੂ, ਧੱਕੇ ਨਾ ਜਾਣ ਅਣਜਾਣ ਕੇ ਖੜ੍ਹੇ ਕਰਕੇ ਧੱਕੇ ਨਾਲ ਜਿਤਾਉਣਗੇ, ਜਿਹੜਾ ਕਿ ਕੋਈ ਇੱਥੇ ਸਿਸਟਮ ਆ ਜਾਂ ਰਾਜ ਆ ਨਾਂ ਦਾ ਹੈ ਨਹੀਂ, ਆਪ ਹੁਦਰੀਆਂ ਨੇ ਸਰਕਾਰਾਂ ਦੀਆਂ ਉਹ ਕਰ ਰਹੀਆਂ ਨੇ, ਕਿਸਾਨ ਜ਼ੋਰ ਲੱਗਿਆ ਹੋਈ ਆਪ ਹੁਦਰੀਆਂ ਕਿਸੇ ਵੀ ਸਰਕਾਰ ਨੂੰ ਨਹੀਂ ਕਰਨ ਦੇਵਾਂਗੇ। ਇਹ ਜਿਹੜਾ ਹੁਣ ਪ੍ਰਦਰਸ਼ਨ ਆ ਜਿਵੇਂ ਬਠਿੰਡੇ ITI ਚੌਂਕ 'ਚ ਲੱਗਿਆ, ਇਹ ਕਿੰਨੀ ਕੁ ਦੇਰ ਜਾਂ ਪੰਜਾਬ ਭਰ 'ਚ ਇਹ ਕਿੰਨੀ ਦੇਰ ਚੱਲੇਗਾ ਤੁਹਾਡਾ? ਇਹ ਜਿਹੜਾ ਪ੍ਰਦਰਸ਼ਨ ਆ ਜੀ, ਸਰਕਾਰ 'ਤੇ ਨਿਰਭਰ ਆ, ਸਰਕਾਰ ਇਹਦਾ ਹੱਲ 2 ਘੰਟਿਆਂ ਨੂੰ ਕਰਦੇ, ਸਰਕਾਰ 4 ਨੂੰ ਕਰਦੇ, ਸਮੁੱਚੇ ਪੰਜਾਬ ਦੇ ਵਿੱਚ ਉਦੋਂ ਚੱਕਿਆ ਜਾਣਾ ਜਦੋਂ ਇਸ ਮਸਲੇ ਦਾ ਹੱਲ ਹੋ ਗਿਆ, 45 ਟੁੱਟ ਕੇ ਸਾਡੇ ਹੱਥ ਕਾਗਜ਼ ਆ ਗਏ, ਸਾਡੀਆਂ ਜ਼ਮੀਨਾਂ ਕਾਸ਼ਤਕਾਰਾਂ ਨੂੰ ਬਹਾਲ ਕਰਤੀਆਂ, ਉਦੋਂ ਇਹ ਜਿਹੜੇ ਪੰਜਾਬ ਦੇ ਵਿੱਚ ਧਰਨੇ ਠਾਏ ਜਾ ਸਕਦੇ ਨੇ, ਨਹੀਂ ਫਿਲਹਾਲ ਆਣਵੇਂ ਇੱਥੇ ਸਮੇਂ ਲਈ ਲੱਗੇ ਨੇ। ਧੰਨਵਾਦ। ਇਹ
ਕਿਸਾਨ ਆਗੂ ਸੀ ਰੇਸ਼ਮ ਸਿੰਘ ਯਾਤਰੀ ਜੀ, ਜਿਨ੍ਹਾਂ ਨੇ ਕਿਹਾ ਕਿ ਜਿੰਨੀ ਦੇਰ ਜਿਹੜੀ ਸਰਕਾਰ ਵੱਲੋਂ 45 ਲੱਖ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਖੋਹੀ ਜਾ ਰਹੀ ਆ, ਜਿੰਨੀ ਦੇਰ ਸਰਕਾਰ ਉਸ 'ਤੇ ਕੋਈ ਠੋਸ ਫੈਸਲਾ ਨਹੀਂ ਲੈਂਦੀ ਅਤੇ ਕਿਸਾਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਕੋਈ ਕਾਗਜ਼ ਹੱਥ 'ਚ ਨਹੀਂ ਫੜਾਉਂਦੀ, ਉਨੀ ਦੇਰ ਆ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਤੁਸੀਂ ਦੇਖ ਰਹੇ ਹੋ ਕਲਿਆਣ ਟੀ ਵੀ ਪੰਜਾਬ, ਅਤੇ ਮੈਂ ਹਰਸ਼ਪਾਲ ਸਿੰਘ।